ਚੜ੍ਹਦੀ ਸਵੇਰ ਜਿਹਾ ਰੂਪ ਨਾਲ ਆ ਗੁਲਕੰਦ ਵਰਗੀ, ਉਹ ਮਰ ਜਾਣੀ ਤਾਰਿਆਂ ਨੂੰ ਕਰੇ ਟਿਚਰਾਂ ਜੀ ਕੁੜੀ ਚੰਨ ਵਰਗੀ, ਮਰ ਜਾਣੀ ਤਾਰਿਆਂ ਨੂੰ ਕਰੇ ਟਿਚਰਾਂ ਉਹ ਕੁੜੀ ਚੰਨ ਵਰਗੀ। ਕਿ ਉਹਨਾਂ ਨੇ ਕੀ ਨੱਚਣਾ, ਉਹਨਾਂ ਨੇ ਕੀ ਨੱਚਣਾ ਜਿੰਨਾ ਮੇਰੇ ਖਾਦੇ ਬਾਗ ਦੇ, ਨੱਚਣਗੀਆਂ ਉਹ ਜਿੰਨਾ ਛੰਨੇ ਖਾਦੇ ਸਾਗ ਦੇ, ਨੱਚਣਗੀਆਂ ਉਹ ਜਿੰਨਾ ਛੰਨੇ ਖਾਦੇ ਸਾਗ ਦੇ। ਗਿੱਧਾ ਪੰਜਾਬ ਦਾ ਉਹ ਲੋਕ ਨਾਚ ਹੈ ਜਿਸ ਤੋਂ ਬਿਨਾਂ ਸ਼ਾਇਦ ਹੀ ਪੰਜਾਬੀਆਂ ਦਾ ਪ੍ਰੋਗਰਾਮ ਸਿਰੇ ਚੜ੍ਹਦਾ ਹੋਵੇ। ਪੰਜਾਬ ਵਿੱਚ ਵਿਆਹ, ਲੋਹੜੀ ਆਦਿ ਖੁਸ਼ੀ ਦੇ ਸਮਾਗਮਾਂ ਤੇ ਔਰਤਾਂ ਵੱਲੋਂ ਖੁਸ਼ੀ ਮਨਾਉਣ ਲਈ ਬੋਲੀਆਂ ਪਾ ਕੇ ਉਹਨਾਂ ਤੇ ਨੱਚਿਆ ਜਾਂਦਾ ਹੈ। ਇਸੇ ਲਈ ਅੱਜ ਗ੍ਰੀਨ ਵੈਲੀ ਸਕੂਲ ਦੀਆਂ ਚੰਨ ਵਰਗੀਆਂ ਮੁਟਿਆਰਾਂ ਆਪਦੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਆਪ ਸਭ ਦੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਨੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ। ਗਿੱਧਾ ਗਿੱਧਾ ਜਦੋਂ ਨੀਲੀ ਅੱਖ ਵਾਲਾ ਪੈਰ ਤੂੰ ਚੱਲਿਆ, ਜਦੋਂ ਨੀਲੀ ਅੱਖ ਵਾਲਾ ਪੈਰ ਤੂੰ ਚੱਲਿਆ, ਕੰਮ ਆਉਣਾ ਨੀ ਹੌਸਲਾ ਤੇਰਾ ਪਰ ਤੇਰਾ, ਸੁਣਿਆ ਬੜੀ ਦੂਰ ਤੱਕ ਮਾਰ ਤੇਰੇ ਜ਼ੋਰ ਦੀ, ਤੇਰੇ ਜ਼ੋਰ ਤੋਂ ਵੀ ਜ਼ੋਰ ਪੈ ਰਿਹਾ ਕਿ ਰਸ ਚੱਤੀ ਦਾ। ਕਹਿੰਦੇ ਕਿ ਸਿਫਤ ਕਰਾ ਪੰਜਾਬਣਾ ਦੀ, ਕਿ ਸਿਫਤ ਕਰਾ ਪੰਜਾਬਣਾ ਦੀ, ਪੰਜਾਬ ਪਾਣੀਆਂ ਦੇ ਨਾ ਉੱਤੇ ਨੂੰ ਲੋਕੋ ਪੈਰ ਧਾਕਾ, ਜਿੱਥੇ ਵੀ ਪਵੇ ਗਿੱਧਾ ਜੱਗ ਜਾਣਦਾ ਹੈਗਾ ਜ਼ਰੂਰ ਲੋਕੋ, ਜੱਗ ਜਾਣਦਾ ਹੈਗਾ ਜ਼ਰੂਰ ਲੋਕੋ। ਸੋ ਅਸੀਂ ਪੇਸ਼ ਕਰਨ ਜਾ ਰਹੇ ਹਾਂ ਸਾਡੇ ਪੰਜਾਬ ਦਾ ਲੋਕ ਨਾਚ ਗਿੱਧਾ। ਔਰ ਆਪਣੀ ਕੁੜੀ ਨਹੀਂ ਆਪਣੀ ਖੇਡ ਲਾਈ ਲਾ ਕੇ ਬੰਦ ਹੀ ਕਰਾ ਦੇ ਬਾਕੀ ਦਾ ਸਭ ਖੇਡ ਨਾ। ਬਥੇਰੇ ਤੇਰੇ ਲੱਡੂ ਵੱਡੇ ਵੀ ਬਥੇਰੇ।
ਨਹੀਂ ਪਤਾ। ਮਾਮੀ ਮਾਮੇ ਨੂੰ ਕਹਿੰਦੀ ਮੈਂ ਤਾਂ ਸੂਟ ਲੈਣਾ ਆ, ਸੂਟ ਲੈ ਤਾਂ ਮਾਮੇ ਨੂੰ, ਮਾਮੀ ਨੂੰ ਸੂਟ ਨਹੀਂ ਲੈ ਕੇ ਦੇਣਾ ਸੀ। ਮਾਮਾ ਮਾਮੀ ਨੂੰ ਲੈ ਗਿਆ ਨਾਲੇ ਦੀ ਹੱਟੀ ਤੇ, ਤੇ ਕਹਿੰਦਾ ਇੱਕ ਸੂਟ ਲਈ ਬਸ ਇੱਕ, ਤੇ ਮੈਂ ਹੁਣੇ ਮੁੜ ਕੇ ਆਇਆ। ਫਿਰ ਆਇਆ ਮਾਮੀ ਨੂੰ ਕੋਈ ਸੂਟ ਪਸੰਦ, ਲੈ ਨੀ ਕਿਤੇ ਇੱਕ ਆਇਆ, ਨੀ ਇੱਕ ਪਾ ਗਿਆ ਖੱਟਾ ਜਾ ਹੇਮਾ ਮਾਲੀ ਵਾਲਾ, ਤੇ ਇੱਕ ਲਾਲ ਕਟਰੀਨਾ ਵਾਲਾ। ਨੀ ਹੁਣੇ 10-10 ਹਜ਼ਾਰ ਦੇ 10 ਸੂਟ ਬਣਾ ਲਏ ਅਗਲੀ ਨੇ, 10 ਆ ਰਹਿਣ ਦੇ ਐਂ ਉਹ ਤਾਂ ਚੱਕ।